ਇਹਨੇ ਦੱਸਣ ਮੁਤਾਬਕ ਕੋਈ ਲੜਾਈ ਝਗੜੇ ਦਾ ਕੇਸ ਹੈ, ਸਹਾਰਾ ਏਜੰਸੀ ਵਾਲੇ ਲੈ ਕੇ ਆਏ ਨੇ ਅਤੇ ਇਹੀ ਹੈ ਵੀ ਲੜਾਈ ਹੋਈ ਹੈ ਕੋਈ, ਹਜੇ ਫਿਲਹਾਲ ਜਸਟ ਆਏ ਨੇ, ਪੁੱਛਣਾ ਨਾਮ ਵਗੈਰਾ ਕੀ ਹੈ, ਕਿੱਥੋਂ ਲੈ ਕੇ ਆਏ ਨੇ, ਇਹ ਨਹੀਂ ਹਜੇ ਹਾਲਾਤ ਤਾਂ ਹੈਗੀ ਹੈ ਸੱਟ, ਬਾਕੀ ਸਕੈਨ ਵਗੈਰਾ ਕਰਵਾਵਾਂਗੇ, ਉਸ ਤੋਂ ਬਾਅਦ ਕਲੀਅਰ ਹੋਊਗਾ ਵੀ ਕੀ ਹੋਇਆ। ਠੀਕਾ, ਅਤੇ ਦੋ ਮੁੰਡਿਆਂ ਨੂੰ ਮਾਰ ਉਹਨਾਂ ਨੇ, ਇੱਕ ਮੁੰਡਾ ਇੱਧਰ ਜਿਹੜਾ ਅਸੀਂ ਚੱਕ ਲਿਆ, ਉਹਨਾਂ ਨੂੰ ਬਸ ਉਹ ਜਮ੍ਹਾਂ ਸਿਰ ਸੁਰ ਲਾਤਾ ਸੀਗਾ, ਉਹਦਾ ਚੱਕ ਲਿਆ ਜਿਹੜਾ, ਅਤੇ ਦੂਜਾ ਇਹਨੂੰ ਬਾਅਦ 'ਚ ਦੇਖਿਆ, ਦੂਜੇ ਮੁੰਡੇ ਦੀਆਂ ਲੱਤਾਂ ਲੁੱਤਾਂ 'ਚ ਵਾਹਵਾ ਮਾਰਿਆ, ਤਿੰਨ ਚਾਰ ਮੁੰਡਿਆਂ ਨੂੰ ਕੁੱਟਿਆ, ਉਹ ਤੋਂ ਬਾਅਦ ਭੱਜ ਗਏ ਬਸ। ਅਸੀਂ ਤਾਂ ਵੈਨ 'ਚ ਸਰਸੇ ਉੱਥੇ ਗਏ ਸੀਗੇ, ਉੱਥੇ ਗ੍ਰੀਨ ਪੈਲਸ 'ਚ ਰੈਲੀ 'ਤੇ, ਵੈਨ 'ਚ ਅਸੀਂ ਵਾਹਵਾ ਮੁੰਡੇ ਸੀਗੇ, ਉਹ ਵੈਨ ਵਾਲੇ ਭਿਆ ਅਸੀਂ ਵੈਨ ਵਾਲੇ ਨੂੰ ਕਹੀ ਗਏ, ਉਹਨਾਂ ਨੇ ਭਿਆਈ ਨਹੀਂ, ਉਹਨੇ ਜਾਣ ਕੇ ਬੰਦ ਕਰਤੀ ਵੈਨ, ਜਾਣ ਕੇ ਬੰਦ ਵੈਨ ਕਰਕੇ, ਅਤੇ ਉਹਨਾਂ ਨੇ ਸਕੂਟਰੀ ਮੂਹਰੇ ਲਾ ਲਈ, ਅਤੇ ਉਹ ਵੈਨ ਖੋਲ੍ਹ ਖਾਲ ਕੇ ਸਾਰੀ, ਅਤੇ ਉਹਨਾਂ ਨੇ ਵੈਨ ਵਨ ਸਾਰੀ ਖੋਲ੍ਹਤੀ, ਵੈਨ ਵੂਨ ਖੋਲ੍ਹ ਕੇ, ਅਤੇ ਮੁੰਡਿਆਂ ਨੂੰ ਖਿੱਚ ਖਿੱਚ ਕੇ ਕਿਰਪਾਨਾਂ 'ਤੇ ਕਿਰਪਾਨਾਂ ਮਾਰੀਆਂ, ਉਸ ਤੋਂ ਬਾਅਦ ਉਹ ਵੈਨ ਵਾਲੇ ਦੀ ਵੈਨ ਤੋੜ ਗਏ। ਸਰ, ਮੇਰਾ ਨਾਮ ਸੰਦੀਪ ਸਿੰਘ ਆ, ਸਹਾਰਾ ਜਨ ਸੇਵਾ ਵਲੰਟੀਅਰ ਹਾਂ। ਅੱਜ ਸਾਡੇ ਪ੍ਰਧਾਨ ਸ਼੍ਰੀ ਵਿਜੇ ਗੋਇਲ ਜੀ ਨੂੰ 98551333 'ਤੇ ਕੋਲ ਆਈ ਸੀਗੀ, ਬਠਿੰਡਾ ਸਟੇਡੀਅਮ ਕੋਲ ਛਾਵੜਾ ਪੈਲਸ ਕੋਲ ਇੱਕ ਲੜਾਈ ਝਗੜਾ ਹੋਇਆ ਪਿਆ ਹੈਗਾ, ਜਿਹਦੇ ਮੌਕੇ 'ਤੇ ਆ ਕੇ ਦੇਖਿਆ ਜੋ ਕਿ ਦੋ ਮੁੰਡੇ ਸੜਕ 'ਤੇ ਗੰਭੀਰ ਹਾਲਤ 'ਚ ਡਿੱਗੇ ਪਏ ਸੀਗੇ, ਜਿਨ੍ਹਾਂ ਨੂੰ ਚੱਕ ਕੇ ਸਿਵਲ ਹਸਪਤਾਲ ਐਡਮਿਟ ਕਰਾ ਦਿੱਤਾ, ਇਲਾਜ ਚੱਲ ਰਿਹਾ ਹੈਗਾ, ਹਾਲਾਤ ਅਜੇ ਥੋੜ੍ਹੀ ਜਿਹੀ ਸੱਟਾਂ ਕਾਫੀ ਵੱਜੀਆਂ ਨੇ ਇਹਨਾਂ ਦੇ, ਅਤੇ ਅਕਾਲੀ ਦਲ ਦੀ ਰੈਲੀ ਤੋਂ ਵਾਪਸ ਆ ਰਹੇ ਸੀਗੇ, ਇਹਨਾਂ ਦੇ ਦੱਸਣ ਮੁਤਾਬਕ ਜੋ ਕਿ ਕਹਿੰਦਾ ਅੱਗੇ ਗੱਡੀ ਲਾ ਕੇ ਸਾਨੂੰ ਦੋਨਾਂ ਨੂੰ ਤੇਜ਼ ਹਥਿਆਰਾਂ ਨਾਲ ਕੁੱਟਿਆ ਕਹਿੰਦੇ। ਸ਼ਹਿਰ ਸੇ ਜੁੜੀ ਹਰ ਇੱਕ ਖਬਰ ਆਪਣੇ ਮੋਬਾਈਲ ਪਰ ਸਭ ਸੇ ਪਹਿਲੇ ਦੇਖਣੇ ਕੇ ਲਿਏ ਭਾਰਤ ਨੈਟਵਰਕ ਟੀਵੀ ਚੈਨਲ ਕੋ ਲਾਇਕ ਫੋਲੋ ਸਬਸਕ੍ਰਾਈਬ ਕਰੇਂ।